ਹੈਲੋ ਐਵਰੀਵਨ, ਵੈਲਕਮ ਟੂ ਆਰ ਚੈਨਲ। ਸੋ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਸਪਾਊਸ ਓਪਨ ਵਰਕ ਪਰਮਿਟ ਦੀ। ਸੋ ਗੌਰਵ, ਸਟਾਰਟ ਪਹਿਲਾਂ ਆਪਾਂ ਦੱਸ ਦੇਵਾਂਗੇ ਕਿ ਜਿੱਦਾਂ ਆਪਣੇ ਇੰਡੀਆ 'ਚ ਕਾਫੀ ਏਜੰਟਸ ਵਗੈਰਾ ਕਹਿੰਦੇ ਨੇ, ਲਾਈਕ ਜਿੱਦਾਂ ਜਿਨ੍ਹਾਂ ਦਾ ਸਪਾਊਸ ਚਲਾ ਜਾਂਦਾ ਹੈਗਾ ਕੈਨੇਡਾ, ਅਤੇ ਜੇ ਆਪਾਂ ਉਹਨਾਂ ਨੂੰ ਪੁੱਛਣ ਚਲੀਏ ਕਿ ਆਪਾਂ ਆਪਣਾ ਸਪਾਊਸ ਓਪਨ ਵਰਕ ਪਰਮਿਟ ਲਗਾਉਣਾ ਹੈਗਾ, ਤਾਂ ਜ਼ਿਆਦਾਤਰ ਏਜੰਟ ਕੀ ਕਹਿੰਦੇ ਨੇ ਕਿ ਤੁਹਾਡਾ ਸਪਾਊਸ ਕਦੋਂ ਗਿਆ, ਜੇ ਆਪਾਂ ਕਹੀਏ ਜੀ 2 ਮਹੀਨੇ ਹੋਏ ਆ ਜਾਂ 1 ਮਹੀਨਾ ਹੋਇਆ, ਅਤੇ ਉਹ ਜ਼ਿਆਦਾਤਰ ਅੱਜ ਕੱਲ੍ਹ ਕਹਿ ਦਿੰਦੇ ਕਿ ਨਹੀਂ ਯਾਰ, ਤੁਹਾਨੂੰ ਫਸਟ ਸਮੈਸਟਰ ਜਦੋਂ ਤੁਹਾਡੇ ਸਪਾਊਸ ਦਾ ਜਾਂ ਤੁਹਾਡੀ ਵਾਈਫ ਦਾ, ਮਤਲਬ ਜਿਹੜਾ ਵੀ ਸਟੂਡੈਂਟ ਗਿਆ ਆ, ਉਹਨਾਂ ਨੂੰ ਫਸਟ ਸਮੈਸਟਰ ਜਦੋਂ ਉਹਨਾਂ ਦਾ ਕੰਪਲੀਟ ਹੋ ਜੂਗਾ, ਤੁਸੀਂ ਉਸ ਤੋਂ ਬਾਅਦ ਆਪਣੀ ਫਾਈਲ ਸਬਮਿਟ ਕਰ ਸਕਦੇ ਹੋ, ਵਿਚ ਇਜ਼ ਨੋਟ ਕਰੈਕਟ। ਲਾਈਕ ਇੰਡੀਆ 'ਚ ਇੱਕ ਮਿਥ ਆ ਜਿਹੜਾ ਕਿ ਆਪਾਂ ਮਤਲਬ ਕਿਤੇ ਵੀ ਇਮੀਗ੍ਰੇਸ਼ਨ ਇੰਡਸਟਰੀ 'ਚ ਜਾਂਦੇ ਹਾਂ, ਉਹ ਸਾਨੂੰ ਕਹਿੰਦੇ ਨੇ ਜੀ ਸਾਨੂੰ ਟਰਾਂਸਕ੍ਰਿਪਟ ਚਾਹੀਦੀ ਆ ਤੁਹਾਡੇ ਪਹਿਲੇ ਸਮੈਸਟਰ ਦੀ, ਜਾਂ ਕੋਈ ਆਪਾਂ ਨੂੰ ਕਹਿੰਦਾ ਤੁਹਾਡਾ ਇਨਰੋਲਮੈਂਟ ਲੈਟਰ ਚਾਹੀਦਾ ਜੀ, ਕੋਈ ਸਟੱਡੀ ਪਰਮਿਟ ਚਾਹੀਦਾ ਜੀ। ਇੱਦਾਂ ਦਾ ਕੁਝ ਵੀ ਨਹੀਂ ਹੈਗਾ ਗਾਈਸ, ਇਸ ਬਹੁਤ ਸਿੰਪਲ ਪ੍ਰੋਸੈਸ ਹੈ। ਸਿਰਫ ਉਹ ਚੀਜ਼ਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ, ਐਗਜੈਕਟਲੀ ਜਿਨ੍ਹਾਂ ਨੂੰ ਪ੍ਰੋਪਰ ਪਤਾ ਹੀ ਨਹੀਂ ਹੈਗਾ ਕਿ ਫਾਈਲ ਕਿੱਦਾਂ ਲੱਗਣੀ ਆ ਜਾਂ ਕਿੱਦਾਂ ਨਹੀਂ। ਜਿੱਦਾਂ ਆਪਾਂ ਜਿੱਦਾਂ ਲਗਾਈ ਸੀ, ਉਹ ਸੀਗੇ RCAC ਮੈਂਬਰ ਹੁੰਦੇ ਨਾ ਸਮਥਿੰਗ, RCAC ਮੈਂਬਰ ਹੁੰਦੇ ਜਿਹੜੇ ਕਿ ਲਾਈਕ ਰਜਿਸਟਰ ਹੁੰਦੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ, ਤੁਸੀਂ ਉਹਨਾਂ ਵੱਲੋਂ ਲਗਾਓਗੇ ਤਾਂ ਮਤਲਬ ਇਟਸ ਮੱਚ ਬੈਟਰ ਕਿ ਤੁਹਾਡਾ ਜਿਹੜਾ ਫਾਈਲ ਦਾ ਰਿਜ਼ਲਟ ਆ ਉਹ ਤੁਹਾਨੂੰ ਜਲਦੀ ਮਿਲੂਗਾ, ਅਤੇ 100 ਵਿੱਚੋਂ 99% ਉਮੀਦ ਹੁੰਦੀ ਹੈ ਕਿ ਤੁਹਾਡਾ ਪੋਜ਼ਿਟਿਵ ਹੀ ਆਊਗਾ। ਰੀਜ਼ਨ ਕਿਉਂਕਿ ਉਹਨਾਂ ਨੂੰ ਪਤਾ ਆ ਫਾਈਲ ਪ੍ਰੋਪਰ ਕਿੱਦਾਂ ਲਗਾਉਣੀ ਆ, ਠੀਕ ਆ, ਉਹਨਾਂ ਨੂੰ ਟ੍ਰੇਨਿੰਗ ਹੁੰਦੀ ਆ, ਲੋਇਰ ਹੁੰਦੇ ਆ ਨਾ ਉਹ ਕੈਨੇਡੀਅਨ ਇਮੀਗ੍ਰੇਸ਼ਨ ਦੇ, ਉਹਨਾਂ ਨੇ ਸਟੱਡੀ ਕੀਤੀ ਹੁੰਦੀ ਆ, ਉਹਨਾਂ ਨੂੰ ਸਰਟੀਫਿਕੇਟ ਮਿਲਿਆ ਹੁੰਦਾ, ਸਰਟੀਫਾਈਡ ਹੁੰਦੇ ਆ ਉਹ ਉੱਧਰ ਪ੍ਰੋਪਰਲੀ। ਅਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰ ਲੈਂਦੇ ਹਾਂ ਕਿ ਜੇ ਤੁਸੀਂ ਫਾਈਲ ਲਗਾਉਣੀ ਆ ਆਪਣੇ ਸਪਾਊਸ ਦੇ ਨਾਲ, ਡਜ਼ਨਟ ਮੈਟਰ ਤੁਸੀਂ ਨਾਲ ਵੀ ਲਗਵਾ ਸਕਦੇ ਹੋ ਰਾਈਟ ਨਾਓ। ਜਿੱਦਾਂ ਫੋਰ ਐਗਜ਼ਾਮਪਲ ਤੁਹਾਡੀ ਵਾਈਫ ਨੇ ਜਾਣਾ ਆ, ਤੁਸੀਂ ਆਪਣੀ ਜਦੋਂ ਤੁਸੀਂ ਆਪਣੀ ਵਾਈਫ ਦਾ ਵੀਜ਼ਾ ਲਗਵਾਉਣਾ, ਤੁਸੀਂ ਨਾਲ ਇਮੀਡੀਏਟਲੀ ਵੀ ਲਗਵਾ ਸਕਦੇ ਹੋ ਵੀਜ਼ਾ, ਲਾਈਕ ਐਜ਼ ਅ ਸਪਾਊਸ ਓਪਨ ਵਰਕ ਪਰਮਿਟ। ਅਤੇ ਜੇ ਤੁਹਾਨੂੰ ਲੱਗਦਾ ਕਿ ਯਾਰ ਮੈਂ ਸਟੱਡੀ ਘੱਟ ਕੀਤੀ ਆ ਜਾਂ ਫਿਰ ਮੇਰੀ ਫਾਈਲ ਸਟਰੋਂਗ ਨਹੀਂ ਹੈਗੀ, ਤਾਂ ਮੈਂ ਪਹਿਲਾਂ ਆਪਣੀ ਵਾਈਫ ਨੂੰ ਭੇਜਣਾ ਆ, ਮਤਲਬ ਪਹਿਲਾਂ ਸਟੂਡੈਂਟ ਨੂੰ, ਪਹਿਲਾਂ ਤੁਸੀਂ ਸਟੂਡੈਂਟ ਦੀ ਫਾਈਲ ਸਬਮਿਟ ਕਰੋ ਅਤੇ ਉਹਨਾਂ ਦਾ ਵੀਜ਼ਾ ਲੈ ਲਓ, ਅਤੇ ਉਸ ਤੋਂ ਬਾਅਦ ਤੁਸੀਂ ਜਦੋਂ ਉਹਨਾਂ ਦਾ ਵੀਜ਼ਾ ਅਪਰੂਵ ਹੋ ਗਿਆ, ਉਸ ਤੋਂ ਬਾਅਦ ਤੁਸੀਂ ਆਪ ਵੀ ਆਪਣੀ ਫਾਈਲ ਸਬਮਿਟ ਕਰ ਸਕਦੇ ਹੋ। ਜਦੋਂ ਤੱਕ ਤੁਹਾਡੀ ਵਾਈਫ ਨੇ ਜਾਂ ਹਸਬੈਂਡ ਨੇ ਸਟੂਡੈਂਟ ਨੇ ਟਰੈਵਲ ਕਰਨਾ, ਟਿਲ ਦੈਟ ਟਾਈਮ ਆਈ ਥਿੰਕ ਤੁਸੀਂ ਆਪਣਾ ਵੀਜ਼ਾ ਅਪਰੂਵ ਕਰਵਾ ਲਓਗੇ ਕਿ ਤੁਸੀਂ ਯੂ ਨੋ ਆਈ ਮੀਨ ਯੂ ਕੈਨ ਟਰੈਵਲ ਟੂਗੈਦਰ। ਲਾਈਕ ਵਾਈਸ ਇਨ ਸਾਡੇ ਕੇਸ 'ਚ ਕੀ ਸੀਗਾ, ਮੈਂ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਐਂਡ ਇਨ 11 ਡੇਜ਼ ਮੈਨੂੰ ਮੇਰਾ ਵੀਜ਼ਾ ਜਿਹੜਾ ਹੈਗਾ ਗ੍ਰਾਂਟ ਹੋ ਗਿਆ ਸੀਗਾ ਕੈਨੇਡੀਅਨ ਅੰਬੈਸੀ ਤੋਂ। ਉਸ ਤੋਂ ਬਾਅਦ ਪਹਿਲਾਂ ਅਸੀਂ ਸੋਚਿਆ ਨਹੀਂ ਸੀਗਾ ਕਿ ਅਸੀਂ ਇਕੱਠੇ ਅਪਲਾਈ ਕਰੀਏ, ਬਟ ਉਸ ਤੋਂ ਬਾਅਦ ਜਦੋਂ ਅਸੀਂ ਕਾਫੀ ਸਾਰੇ ਏਜੰਟਸ ਕੋਲ ਵਿਜ਼ਿਟ ਕੀਤਾ, ਸਾਨੂੰ ਕਿੰਨੇ ਸਾਰੇ ਏਜੰਟਸ ਨੇ ਕਿਹਾ ਕਿ ਨਹੀਂ ਜੀ ਇਹਨਾਂ ਨੂੰ ਜਾ ਲੈਣ ਦਿਓ, ਉਸ ਤੋਂ ਬਾਅਦ ਜਾ ਕੇ ਤੁਸੀਂ ਅਪਲਾਈ ਕਰਿਓ। ਬਟ ਸਾਨੂੰ ਫਿਰ ਉਸ ਤੋਂ ਬਾਅਦ 2-3 ਏਜੰਟਸ ਇੱਦਾਂ ਦੇ ਮਿਲੇ ਜਿਨ੍ਹਾਂ ਨੇ ਸਾਨੂੰ ਇਹ ਗਾਈਡ ਕੀਤਾ, ਨਹੀਂ ਤੁਹਾਨੂੰ ਜਾਣ ਦੀ ਕੋਈ ਲੋੜ ਨਹੀਂ ਹੈਗੀ, ਤੁਸੀਂ ਇੱਥੇ ਰਹਿ ਕੇ ਵੀ ਆਪਣੇ ਹਸਬੈਂਡ ਦਾ ਜਿਹੜਾ ਹੈਗਾ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਐਂਡ ਉਹਦੇ 'ਚ ਕੁਝ ਜ਼ਿਆਦਾ ਫਾਰਮੈਲਿਟੀਜ਼ ਨਹੀਂ ਹੁੰਦੀਆਂ ਗੀਆਂ, ਆਪਾਂ ਨੂੰ ਕੁਝ ਹੀ ਡਾਕੂਮੈਂਟਸ ਚਾਹੀਦੇ ਹੁੰਦੇ ਆ। ਆਪਾਂ ਡਾਕੂਮੈਂਟਸ ਦੀ ਗੱਲ ਕਰ ਰਹੇ ਨੇ, ਆਪਾਂ ਨੂੰ ਜ਼ਿਆਦਾਤਰ ਕਿਹੜੇ ਕਿਹੜੇ, ਤੁਹਾਨੂੰ ਇਹ ਤਾਂ ਗੱਲ ਕਲੀਅਰ ਕਰ ਦਿੱਤੀ ਹੈ ਕਿ ਤੁਸੀਂ ਵੀਜ਼ਾ ਲਗਵਾ ਸਕਦੇ ਹੋ 110%, ਠੀਕ ਹੈ, ਸਭ ਤੋਂ ਵੱਡੀ ਐਗਜ਼ਾਮਪਲ ਅਸੀਂ ਹੈਗੇ ਹਾਂ, ਠੀਕ ਹੈ। ਜੇ ਤੁਹਾਨੂੰ ਆਪਣਾ ਮੈਂ ਈਮੇਲ ਆਈਡੀ ਜਾਂ ਨੰਬਰ ਵੀ ਪਾ ਦੂੰਗਾ, ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਆਈ ਯੂ ਕੈਨ ਆਸਕ ਮੀ, ਜਾਂ ਫਿਰ ਮੈਂ ਆਪਣੇ ਇੰਸਟਾਗ੍ਰਾਮ ਦਾ ਲਿੰਕ ਪਾ ਦੂੰਗਾ, ਤੁਸੀਂ ਮੈਨੂੰ ਪੁੱਛ ਸਕਦੇ ਹੋ। ਇਹ ਤਾਂ ਪੱਥਰ 'ਤੇ ਲਿਖੀ ਰਹਾ ਕਿ ਤੁਸੀਂ ਵੀਜ਼ਾ ਨਾਲ ਹੀ ਅਪਲਾਈ ਕਰ ਸਕਦੇ ਹੋ। ਕਿਸੇ ਤੁਹਾਨੂੰ ਕਿਸੇ ਨੇ ਕਹਿ ਤਾ ਯਾਰ ਨਹੀਂ ਉਹਦੀ ਰਿਫਿਊਜ਼ਲ ਆ ਜਾਂਦੀ ਆ, ਇੱਦਾਂ ਦਾ ਕੁਛ ਨਹੀਂ ਹੈਗਾ ਗਾਇਸ, ਠੀਕ ਹੈ। ਤੁਹਾਨੂੰ ਵੀਜ਼ਾ ਮਿਲੂਗਾ ਹੀ ਮਿਲੂਗਾ, ਚਾਹੇ ਤੁਹਾਡਾ ਹਸਬੈਂਡ ਜਾਂ ਵਾਈਫ ਸਟੂਡੈਂਟ ਦਾ ਵੀਜ਼ਾ ਅਪਰੂਵ ਹੋ ਗਿਆ ਨਾ, ਉਸ ਤੋਂ ਬਾਅਦ ਤੁਸੀਂ ਚਾਹੇ ਨੈਕਸਟ ਡੇ ਆਪਣਾ ਵੀਜ਼ਾ ਤੁਸੀਂ ਐਜ਼ ਅ ਸਪਾਊਸ ਓਪਨ ਵਰਕ ਪਰਮਿਟ ਤੁਸੀਂ ਸਬਮਿਟ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰ ਲੈਂਦੇ ਡਾਕੂਮੈਂਟਸ ਦੀ ਕਿ ਜਿਹੜਾ ਸਪਾਊਸ ਨੇ ਜਦੋਂ ਵੀਜ਼ਾ ਲਗਵਾਉਣਾ ਓਪਨ ਵਰਕ ਪਰਮਿਟ ਦਾ, ਤੁਹਾਨੂੰ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਪਊਗੀ। ਸੋ ਹੁਣ ਆਪਾਂ ਗੱਲ ਕਰ ਲਵਾਂਗੇ ਡਾਕੂਮੈਂਟਸ ਦੀ ਕਿ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ, ਜਿਹੜੇ ਤੁਸੀਂ ਰੈਡੀ ਕਰ ਸਕਦੇ ਹੋ ਟਿਲ ਦਾ ਮੈਡੀਕਲ।
ਤੋ ਸਭ ਤੋਂ ਪਹਿਲਾਂ ਤਾਂ ਮੈਰਿਜ ਸਰਟੀਫਿਕੇਟ ਹੋ ਜੂਗਾ, ਰਜਿਸਟਰ ਯੈਸ ਸਭ ਤੋਂ ਮੇਨ ਕੰਪਲਸਰੀ ਇਹੀ ਹੈਗਾ ਆ, ਠੀਕ ਹੈ? ਅਤੇ ਜੇ ਤੁਸੀਂ ਕੋਰਟ ਮੈਰਿਜ ਕਰਾਈ ਆ ਦੈਨ ਇਟਸ ਅ ਡਿਫਰੈਂਟ ਥਿੰਗ ਨਾ, ਜਿਹੜਾ ਉੱਥੇ ਦਾ ਸਰਟੀਫਿਕੇਟ ਹੁੰਦਾ ਲੀਗਲੀ। ਐਂਡ ਦਾ ਸੈਕਿੰਡ ਸੈਕਿੰਡ ਇਸ ਜਿਹੜਾ ਹੈਗਾ ਉਹ ਤੁਹਾਡਾ ਇਨਕਮ ਪ੍ਰੂਫ ਹੋ ਗਿਆ, ਤੁਹਾਡਾ ਮਤਲਬ ਉਹ ਸਪਾਊਸ ਇਨਕਮ ਕੋਈ ਵੀ ਹੋ ਸਕਦੀ ਹੈ, ਕੋਈ ਵੀ ਡਜ਼ਨਟ ਹੋ ਮੈਟਰ ਕਿ ਸਕਦੀ ਹੈ, ਤੁਹਾਨੂੰ 40,000 ਚਾਹੀਦੀ ਆ ਪਰ ਮੰਥ ਜਾਂ ਫਿਰ 25,000 ਚਾਹੀਦੀ ਆ, ਤੇ ਯੈਸ ਮਤਲਬ ਜਿੰਨਾ ਵੀ ਤੁਸੀਂ ਕਮਾਉਂਦੇ ਹੋ ਤੁਸੀਂ ਐਜ਼ ਅ ਸਪਾਊਸ ਚਾਹੀਦਾ। ਸੈਲਫ ਇੰਪਲੋਇਡ ਅਗਰ ਸ਼ੋਅ ਕਰਦੇ ਪਏ ਹੋ ਤਾਂ ਤੁਹਾਡੀ ITR ਚਾਹੀਦੀ ਹੁੰਦੀ ਆ, ਅਗਰ ਤੁਸੀਂ ਐਜ਼ ਅ ਸੈਲਰੀਡ ਸ਼ੋਅ ਕਰਦੇ ਪਏ ਹੋ ਦੈਨ ਤੁਹਾਡੀ ਸੈਲਰੀ ਸਲਿਪਸ ਚਾਹੀਦੀਆਂ ਹੁੰਦੀਆਂ, ਐਂਡ ਅਗਰ ਤੁਸੀਂ ਐਗਰੀਕਲਚਰਿਸਟ ਸ਼ੋਅ ਕਰ ਰਹੇ ਹੋ ਤਾਂ ਤੁਹਾਡੇ ਜੇ ਫਾਰਮ ਚਾਹੀਦੇ ਹੁੰਦੇ ਆ ਉਹਦੇ 'ਚ, ਉਹ ਬਹੁਤ ਸਿੰਪਲ ਹੈ, ਉਹ ਆਪਾਂ ਨੂੰ ਮਿਲ ਹੀ ਜਾਂਦਾ ਹਰ ਬੰਦੇ ਨੂੰ। ਉਸ ਤੋਂ ਬਾਅਦ ਜਿਹੜਾ ਡਾਕੂਮੈਂਟ ਆਉਂਦਾ ਉਹ ਹੈਗਾ ਲੈਟਰ ਆਫ ਐਕਸੈਪਟੈਂਸ ਜੋ ਆਪਾਂ ਨੂੰ ਕਾਲਜ ਵਿੱਚੋਂ ਮਿਲਦਾ, ਠੀਕ ਹੈ? ਉਹ ਆਪਾਂ ਨੂੰ ਇਨੀਸ਼ਲੀ ਮਿਲ ਜਾਂਦਾ, ਸਟਾਰਟਿੰਗ 'ਚ ਹੀ ਮਿਲ ਜਾਂਦਾ ਲੈਟਰ ਆਫ ਐਕਸੈਪਟੈਂਸ, ਐਂਡ ਆਪਾਂ ਨੂੰ ਚਾਹੀਦੀ ਹੁੰਦੀ ਆ ਫੀ ਰਿਸਿਪਟਸ, GIC ਸਰਟੀਫਿਕੇਟ ਆਪਣਾ, ਹਾਂ ਬਸ ਇਹੀ ਕੁਝ ਡਾਕੂਮੈਂਟਸ ਹੁੰਦੇ ਨੇ ਜਿਹੜੇ ਜ਼ਰੂਰੀ ਹੁੰਦੇ ਨੇ। ਇਨਰੋਲਮੈਂਟ ਲੈਟਰ ਵੀ ਅਗਰ ਤੁਹਾਡੇ ਕੋਲ ਹੈਗਾ ਤੁਸੀਂ ਲਗਾ ਦੋਗੇ, ਦੈਟਸ ਗੁੱਡ, ਬਟ ਅਗਰ ਤੁਸੀਂ ਨਹੀਂ ਵੀ ਲਗਾਉਂਦੇ ਤਾਂ ਵੀ ਕੋਈ ਇਸ਼ੂ ਨਹੀਂ ਹੈਗਾ। ਆਪਾਂ ਜਿਹੜੀ ਫਾਈਲ ਲੌਂਚ ਕੀਤੀ ਸੀ ਉਹ ਵਿਦਆਊਟ ਇਨਰੋਲਮੈਂਟ ਲੈਟਰ ਲੌਂਚ ਕੀਤੀ, ਕੋਈ ਜ਼ਰੂਰੀ ਨਹੀਂ ਹੈਗਾ ਕਿ ਇਨਰੋਲਮੈਂਟ ਲੈਟਰ ਤੁਹਾਡਾ ਆਊਗਾ, ਤੁਸੀਂ ਟਿਲ ਦਾ ਮਤਲਬ ਟਾਈਮ ਤੁਹਾਨੂੰ ਵੇਟ ਕਰਨੀ ਪਊਗੀ, ਤੁਸੀਂ ਉਸ ਤੋਂ ਪਹਿਲਾਂ ਵੀ ਆਪਣੀ ਫਾਈਲ ਲੌਂਚ ਕਰ ਸਕਦੇ ਹੋ। ਬਟ ਜੇ ਤੁਸੀਂ ਥੋੜ੍ਹਾ ਜਿਹਾ ਵੇਟ ਕਰ ਲਉਂਗੇ, ਇਫ ਯੂ ਵਾਂਟ ਕਿ ਲਾਈਕ ਤੁਹਾਡਾ ਇਨਰੋਲਮੈਂਟ ਲੈਟਰ ਆ ਜਾਂਦਾ ਤੁਹਾਡੇ ਸਪਾਊਸ ਦਾ, ਉਸ ਤੋਂ ਬਾਅਦ ਚਾਂਸਿਸ ਤੁਹਾਡੀ ਫਾਈਲ ਦੇ ਸਟਰੋਂਗ ਹੋ ਜਾਂਦੇ ਆ ਐਕਸੈਪਟ ਹੋਣ ਦੇ, ਅਪਰੂਵ ਹੋਣ ਦੇ। ਇਨਰੋਲਮੈਂਟ ਲੈਟਰ ਕੋਈ ਵੱਡਾ ਡਾਕੂਮੈਂਟ ਨਹੀਂ ਹੁੰਦਾ, ਇਹ ਸਿਰਫ ਇੱਕ ਡਾਕੂਮੈਂਟ ਹੁੰਦਾ ਜਿਹਦੇ 'ਚ ਲਿਖਿਆ ਹੁੰਦਾ ਦੈਟ ਤੁਹਾਡਾ ਜਿਹੜਾ ਮਤਲਬ ਜਿਹਦੇ ਬੇਸਿਸ ਤੇ ਤੁਸੀਂ ਆ ਰਹੇ ਹੋ ਉਹ ਜਿਹੜਾ ਸਟੂਡੈਂਟ ਹੈਗਾ ਇੱਥੇ ਫੁੱਲ ਟਾਈਮ ਇਨਰੋਲ ਹੈ ਆਪਣੇ ਕਾਲਜ 'ਚ। ਬਟ ਆਈ ਥਿੰਕ ਹੁਣ ਤਾਂ ਜਿਹੜੇ LOE ਵਗੈਰਾ ਹੈਗੇ ਆ ਉਹ ਤਾਂ ਇਹਨਾਂ ਨੇ ਵੈਸੇ ਵੀ ਅਪਰੂਵ ਕਰਨੇ, ਆਈ ਮੀਨ ਚੈੱਕ ਵਗੈਰਾ ਕਰੂਗੇ ਨਾ ਪ੍ਰੋਪਰਲੀ, ਇਮੀਗ੍ਰੇਸ਼ਨ ਚੈੱਕ ਕਰੂਗੀ, ਤਾਂ ਉਹ ਆਈ ਥਿੰਕ ਇਨਰੋਲਮੈਂਟ ਲੈਟਰ ਵਾਲਾ ਕੰਮ ਹੀ ਕਰੂਗਾ ਆਲਮੋਸਟ। ਉਸ ਤੋਂ ਬਾਅਦ ਡਾਕੂਮੈਂਟਸ, ਉਸ ਤੋਂ ਬਾਅਦ ਜਿਹੜੇ ਡਾਕੂਮੈਂਟ ਹੁੰਦੇ ਆ ਉਹ ਆਪਣੇ ਨਾਰਮਲ ਡਾਕੂਮੈਂਟਸ ਹੁੰਦੇ ਆ, ਤੁਹਾਡਾ ਪੈਨ, ਆਧਾਰ, ਤੁਹਾਡੇ ਪੇਰੈਂਟਸ ਦੇ ਡਾਕੂਮੈਂਟ, ਉਸ ਤੋਂ ਬਾਅਦ ਐਫੀਡੈਵਿਟ ਹੁੰਦਾ ਵਾ ਲਾਈਕ ਕਿ ਤੁਹਾਡੇ ਤੁਹਾਨੂੰ ਕੋਈ ਸਪੋਰਟਿੰਗ ਸਪੋਰਟ ਲਾਈਕ ਤੁਹਾਡੇ ਪੇਰੈਂਟਸ ਦਾ ਹੋ ਗਿਆ, ਜੇ ਫੋਰ ਐਗਜ਼ਾਮਪਲ ਤੁਹਾਡੇ ਮੁੰਡੇ ਦੇ ਜਾਂ ਕੁੜੀ ਦੇ ਪੇਰੈਂਟਸ ਹੈਗਾ ਉਹਨਾਂ ਦਾ ਵੀ ਚੱਲੂਗਾ, ਜੇ ਮੁੰਡੇ ਦੀ ਆਪਣੀ ਪ੍ਰੋਪਰਟੀ ਹੈਗੀ ਉਹਨਾਂ ਦਾ ਵੀ ਚੱਲੂਗਾ, ਡਜ਼ਨਟ ਮੈਟਰ, ਮਤਲਬ ਉਹਨਾਂ ਦਾ ਇੱਕ ਲਾਈਕ ਸਰਟੀਫਿਕੇਟ ਬਣ ਜਾਊਗਾ ਨਾ, ਸਪੋਰਟਸ ਸਰਟੀਫਿਕੇਟ। ਇਹਦੇ 'ਚ ਇੱਕ ਹੋਰ ਚੀਜ਼ ਹੈ, CA ਰਿਪੋਰਟ ਦਾ ਬੜਾ ਬਵਾਲ ਬਣਾਇਆ ਹੋਇਆ ਲੋਕਾਂ ਨੇ ਕਿ CA ਰਿਪੋਰਟ ਚਾਹੀਦੀ ਹੈ ਜੀ, 1.5 ਕਰੋੜ ਦੀ ਚਾਹੀਦੀ ਹੈ, 2 ਕਰੋੜ ਦੀ ਚਾਹੀਦੀ ਹੈ, ਇੱਦਾਂ ਦਾ ਕੁਝ ਵੀ ਨਹੀਂ ਹੈਗਾ। ਜ਼ੀਰੋ ਆ ਉਹ, ਲਾਓ ਚਾਹੇ ਨਾ ਲਾਓ, ਕੋਈ ਡਜ਼ਨਟ ਮੈਟਰ, ਜ਼ੀਰੋ ਚੀਜ਼ਾਂ, ਕਿਉਂਕਿ ਸਪਾਊਸ ਦੇ ਵਿੱਚ ਉਹਦੀ ਲੋੜ ਆਈ ਥਿੰਕ ਪੈਂਦੀ ਨਹੀਂ ਆ। ਅਤੇ ਬਾਕੀ ਜੇ ਆਪਾਂ ਕਹੀਏ ਕਿ ਪ੍ਰੋਪਰਟੀ ਵਗੈਰਾ ਦਾ ਵੀ, ਜਿੱਦਾਂ ਕਹਿੰਦੇ ਕਿ ਪ੍ਰੋਪਰਟੀ ਸ਼ੋਅ ਕਰਾਉਣੀ ਪੈਂਦੀ ਆ, ਨਹੀਂ ਤਾਂ ਵੀਜ਼ਾ ਨਹੀਂ ਦਿੰਦੇ ਹੈਗੇ, ਕਿ ਉਹਨਾਂ ਨੂੰ ਲੱਗਦਾ ਕਿ ਤੁਹਾਡੇ ਕੋਲ ਪ੍ਰੋਪਰਟੀ ਨਹੀਂ, ਕਿਤੇ ਤਾਂ ਕੋਈ ਲੈਣਾ ਦੇਣਾ ਨਹੀਂ ਆ, ਤੁਸੀਂ ਆਪਣੇ ਲਿਕੁਇਡ ਫੰਡਸ ਸ਼ੋਅ ਕਰਾਓ, FD ਸ਼ੋਅ ਕਰਾਓ, ਜੇ ਤੁਹਾਡੇ ਕੋਲ ਪ੍ਰੋਪਰ ਫੰਡਸ ਹੈਗੇ ਨੇ ਤਾਂ ਤੁਸੀਂ ਆਪਣੇ ਸ਼ੋਅ ਕਰਾਓ, ਜੇ ਤੁਹਾਡੇ ਕੋਲ ਫੰਡਸ ਨਹੀਂ ਵੀ ਹੈਗੇ ਨੇ ਤਾਂ ਜਿਨ੍ਹਾਂ ਤੋਂ ਤੁਸੀਂ ਫਾਈਲ ਗਵਾਉਣੀ ਆ, ਯੂ ਕੈਨ ਟੋਕ ਵਿਦ ਦੈਮ, ਉਹ ਤੁਹਾਨੂੰ ਗਾਈਡ ਕਰ ਦਿੰਦੇ ਨੇ ਕਿ FD ਤੁਹਾਨੂੰ ਇੰਟਰਸਟ ਦੇਣਾ ਪੈਂਦਾ ਥੋੜ੍ਹਾ ਮੋਟਾ। ਆਈ ਥਿੰਕ ਇਗਜ਼ਾਮਪਲ ਜਿੱਦਾਂ ਮੇਰੇ ਫਰੈਂਡ ਨੇ ਕਰਵਾਇਆ ਸੀ ਕਿ 5 ਲੱਖ ਜਾਂ 10 ਲੱਖ ਤੁਸੀਂ ਕਰਵਾਉਣਾ ਹੈਗਾ, 10 ਲੱਖ ਅਤੇ ਤੁਹਾਨੂੰ ਮੰਥਲੀ ਆਈ ਥਿੰਕ 20-22 ਹਜ਼ਾਰ ਰੁਪਇਆ ਦੇਣਾ ਪੈਣਾ। ਆਈ ਥਿੰਕ 2 ਮਹੀਨੇ ਤੋਂ ਤੁਹਾਨੂੰ ਡੇਢ ਦੋ ਮਹੀਨੇ ਦੀ ਲੋੜ ਪੈਣੀ ਨਾ, 1.5-2 ਮਹੀਨੇ ਲੋੜ ਪੈਣੀ ਆ, ਅਤੇ ਬਿਕੋਜ਼ FD ਚੱਲ ਪਾਉਂਦੀ। ਬਾਕੀ ਤੁਹਾਡੇ ਲਿਕੁਇਡ ਫੰਡ ਹੋਊਗੇ, ਤੁਸੀਂ ਟ੍ਰਾਂਜੈਕਸ਼ਨ ਜ਼ਰੂਰ ਕਰੋ, ਜਦੋਂ ਵੀ ਟ੍ਰਾਂਜੈਕਸ਼ਨ ਕਰਦੇ ਹੋ ਉਹਦੇ ਵਿੱਚ ਰਿਮਾਰਕਸ ਜ਼ਰੂਰ ਪਾਓ ਕਿ ਤੁਸੀਂ ਇਹ ਲਾਈਕ ਕਿੱਥੇ ਪੇ ਕਰ ਰਹੇ ਹੋ, ਗੂਗਲ ਪੇ ਤੋਂ ਜਦੋਂ ਕਰਦੇ ਹੋ ਉਹਦੇ ਵਿੱਚ ਲਾਈਕ ਤੁਸੀਂ ਐਡ ਔਨ ਕਰੋ ਕਿ ਇਹ ਆਪਾਂ ਲਾਈਕ ਮਿਲਕ ਲਿੱਤਾ ਜਾਂ ਆਪਾਂ ਇਹ ਪੈਟਰੋਲ ਪਵਾਇਆ ਜਾਂ ਸਰਵਿਸ ਕਰਾਈ ਗੱਡੀ ਦੀ, ਵਟੈਵਰ, ਮਤਲਬ ਜੋ ਵੀ ਤੁਸੀਂ ਕਰਦੇ ਹੋ ਇਹ ਕੰਪਲਸਰੀ ਆ। ਕਾਜ਼ਮ ਬੈਸੀ ਡਸਨਟ ਨੋ ਕਿ ਆਪਾਂ ਕਿੱਥੇ ਖਰਚ ਕਰ ਰਹੇ ਹਾਂ, ਅਗਰ ਆਪਾਂ ਰਿਮਾਰਕਸ ਲਿਖਾਂਗੇ ਤਾਂ ਹੀ ਤਾਂ ਉਹ ਤੁਹਾਡੀ ਸਟੇਟਮੈਂਟ ਦੇ ਵਿੱਚ ਰਿਮਾਰਕਸ ਪ੍ਰੋਪਰ ਲਿਖਿਆ ਹੋਊਗਾ, ਫਿਰ ਉਹਦੇ ਨਾਲ ਕੀ ਹੁੰਦਾ ਤੁਹਾਡਾ ਇੱਕ ਥੋੜ੍ਹਾ ਜਿਹਾ ਲਾਈਕ ਵਧੀਆ ਮਤਲਬ ਇੰਪ੍ਰੈਸ਼ਨ ਪੈ ਜਾਂਦਾ ਕਿ ਹਾਂ ਵੀ ਤੁਸੀਂ ਮਤਲਬ ਜੈਨੂਅਲੀ ਯੂਜ਼ ਕਰ ਰਹੇ ਹੋ।
ਤੇ ਉਸ ਤੋਂ ਬਾਅਦ ਜਦੋਂ ਵੀ ਤੁਹਾਡੇ ਡਾਕੂਮੈਂਟ ਸਾਰੇ ਲਾਈਕ ਰੈਡੀ ਹੋ ਜਾਂਦੇ ਆ, ਤੁਸੀਂ ਮੈਡੀਕਲ ਪਹਿਲਾਂ ਨਹੀਂ ਕਰਵਾ ਸਕਦੇ ਹੋ ਨਾ, ਇਟਸ ਡਿਪੈਂਡ ਔਨ ਯੂ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਣਾ ਰਿਜ਼ਲਟ ਐਸ ਸੂਨ ਐਸ ਪੋਸੀਬਲ ਲੈਣਾ, ਤੁਸੀਂ ਆਪਣਾ ਮੈਡੀਕਲ ਪਹਿਲਾਂ ਕਰਵਾ ਸਕਦੇ ਹੋ। ਅਤੇ ਮੈਡੀਕਲ ਵੀ ਮੈਂ ਤੁਹਾਨੂੰ ਸੁਜੈਸਟ ਕਰਾਂਗੀ ਕਿ ਜ਼ਰੂਰੀ ਨਹੀਂ ਹੈਗਾ ਤੁਸੀਂ ਅਪੋਲੋ ਮੈਕਸ 'ਚ ਕਰਵਾਉਣਾ ਵਾ, ਉਹਦਾ ਕੋਈ ਮਤਲਬ ਨਹੀਂ ਹੈਗਾ। ਤੁਸੀਂ ਨੋਰਮਲ ਡਾਕਟਰ ਕੋਲ ਜਾ ਕੇ ਕਰਵਾਓ, ਕਿੱਥੇ ਤੁਹਾਨੂੰ 4500 ਚਾਰਜਸ ਪੈਣੇ ਆ, ਕਿੱਥੇ ਤੁਹਾਨੂੰ ਅਪੋਲੋ ਜਾਂ ਮੈਕਸ 'ਚ 11-12 ਹਜ਼ਾਰ ਤੋਂ ਥੱਲੇ ਤਾਂ ਆਈ ਥਿੰਕ ਕੋਈ ਲੈਂਦਾ ਹੀ ਨਹੀਂ ਆ, 9-10 ਹਜ਼ਾਰ। ਮੇਰੇ ਨਾਲ ਖੁਦ ਨਾਲ ਹੋਇਆ ਵਾ, ਜਦ ਕਿ ਮੈਂ ਕਰਵਾਇਆ ਸੀ ਮੈਕਸ 'ਚੋਂ ਐਂਡ ਮੇਰੇ ਹਸਬੈਂਡ ਨੇ ਡਾਕਟਰ ਤੋਂ ਕਰਵਾਇਆ ਸੀਗਾ, ਨੋਰਮਲ ਡਾਕਟਰ ਸੀਗਾ ਕਲੀਨਿਕ ਦਾ, ਤੇ ਸਾਡੇ ਦੋਨਾਂ ਦਾ ਸੇਮ ਮੈਡੀਕਲ ਸੇਮ ਸਾਰਾ ਕੁਝ ਹੋਇਆ। ਸਟਿਲ ਮਤਲਬ ਆਪਾਂ ਫਾਸਟ ਮੇਰਾ ਆਈ ਥਿੰਕ ਹੋਇਆ ਸੀਗਾ 5500 ਨਾ 55 ਜਾਏਗਾ, ਮੇਰਾ ਹੋਇਆ ਸੀ 13500 ਬਿਕੋਜ਼ ਇਵਨ ਮੇਰੇ ਟੈਟੂਸ ਵਗੈਰਾ ਵੀ ਹੈਗੇ ਆ ਸਟਿਲ, ਬਟ ਉਹਨਾਂ ਨੇ ਕੋਈ ਐਕਸਟਰਾ ਲਾਈਕ ਚਾਰਜਸ ਨਹੀਂ ਲਿਆ। ਤੇ ਆਈ ਥਿੰਕ ਡਸਨ ਮੀਨ ਕਿ ਤੁਸੀਂ ਵਧੀਆ ਮੈਡੀਕਲ ਤੋਂ ਕਰਾਉਣਾ, ਤੁਹਾਡਾ ਮਲਾਈਕ ਵਧੀਆ ਹਸਪੀਟਲ ਤੋਂ ਕਰਵਾਉਣਾ ਜਾਂ ਵਧੀਆ ਕਲੀਨਿਕ ਤੋਂ ਕਰਵਾਉਣਾ, ਡਸਨ ਮੀਨ ਉਹ ਤੁਹਾਡਾ ਜੋ ਤੁਹਾਡਾ ਐਕਚੁਅਲ ਜਾਊਗਾ ਤੁਹਾਨੂੰ ਉਹੀ ਰਿਜ਼ਲਟ ਮਿਲੂਗਾ। ਬਾਕੀ ਮੇਜਰ ਇਹਦੇ 'ਚ ਇੱਕ ਡਾਕੂਮੈਂਟ ਉਹ ਤੁਹਾਡਾ ਨਾ ਜਿਹੜਾ ਲੱਗਦਾ ਉਹ ਤੁਹਾਡਾ ਜਿੱਥੋਂ ਤੁਸੀਂ ਫਾਈਲ ਲਗਵਾਉਂਦੇ ਹੋ ਉਹਨਾਂ ਕੋਲ ਹੁੰਦਾ, ਉਹ ਹੁੰਦੀ ਤੁਹਾਡੀ ਐਸ ਓ ਪੀ। ਉਹ ਉਹਨਾਂ 'ਤੇ ਡਿਪੈਂਡ ਕਰਦੀ ਕਿ ਤੁਹਾਡੀ ਐਸ ਓ ਪੀ ਉਹ ਕਿੱਦਾਂ ਲਿਖਦੇ ਪਏ ਆ, ਪਰ ਮੈਂ ਤੁਹਾਨੂੰ ਇਹ ਜ਼ਰੂਰ ਸੁਜੈਸਟ ਕਰਾਂਗੀ ਕਿ ਤੁਸੀਂ ਆਪਣੀ ਐਸ ਓ ਪੀ ਖੁਦ ਇੱਕ ਵਾਰ ਰੀਡ ਕਰੋ ਚੰਗੀ ਤਰ੍ਹਾਂ ਕਿ ਉਹ ਕੀ ਲਿਖ ਰਹੇ ਨੇ, ਕਿਉਂਕਿ ਉਹ ਮੇਜਰਲੀ ਜਿਹੜੀ ਐਮਬੈਸੀ ਆ ਉਹ ਰੀਡ ਜ਼ਰੂਰ ਕਰਦੀ ਹੈ, ਐਸ ਓ ਪੀ ਦਾ ਰੀਡ ਕਰਦੀ ਕਰਦੀ। ਬਿਕੋਜ਼ ਸਾਡੀ ਐਸ ਓ ਪੀ ਸੀ ਜਿਹੜੀ ਉਹ ਬਹੁਤ ਜ਼ਿਆਦਾ ਸਟਰੋਂਗ ਸੀਗੀ। ਈਵਨ ਤੁਸੀਂ ਇਕੱਲੀ ਐਸ ਓ ਪੀ ਨਹੀਂ, ਜਦੋਂ ਤੁਹਾਡੀ ਫਾਈਲ ਲੱਗਦੀ ਹੈ ਤੁਸੀਂ ਆਪਣੀ ਆਲ ਜਿਹੜੀ ਵੀ ਤੁਹਾਡੀ ਲਾਈਕ ਫਾਈਲ ਹੁੰਦੀ ਆ ਉਹਨੂੰ ਇੱਕ ਵਾਰੀ ਗੋ ਥਰੂ ਜ਼ਰੂਰ ਕਰੋ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਫਾਈਲ 'ਚ ਕਿਹੜਾ ਡਾਕੂਮੈਂਟਸ ਲੱਗ ਰਿਹਾ ਆ, ਜੈਨੂਅਨ ਲੱਗ ਰਿਹਾ ਜਾਂ ਫੇਕ ਲੱਗ ਰਿਹਾ ਆ ਤੁਹਾਡੀ ਲਾਈਫ। ਮਤਲਬ ਇਹੀ ਆ ਕਿ ਤੁਹਾਡਾ ਉਹਨਾਂ ਨੇ ਇੱਕ ਤਾਂ ਫੰਡਸ ਦਾ ਦੇਖਣਾ ਕਿ ਤੁਸੀਂ ਇੱਥੇ ਵਰਕਿੰਗ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ, ਐਂਡ ਦਾ ਸੈਕਿੰਡ ਥਿੰਗ ਉਹਨਾਂ ਦਾ ਤੁਹਾਡਾ ਰਿਲੇਸ਼ਨ ਦੇਖਣਾ ਕਿ ਤੁਹਾਡਾ ਰਿਲੇਸ਼ਨ ਐਕਚੁਅਲ 'ਚ ਜੈਨੂਅਨ ਆ ਜਾਂ ਫਿਰ ਨਹੀਂ ਆ। ਬਾਕੀ ਰਿਲੇਸ਼ਨ ਆਪਣਾ ਪ੍ਰੂਵ ਕਰਨ ਲਈ ਮੈਂ ਤੁਹਾਨੂੰ ਸੁਜੈਸਟ ਕਰਾਂਗੀ ਕਿ ਜ਼ਿਆਦਾ ਤੋਂ ਜ਼ਿਆਦਾ ਆਪਣੀਆਂ ਪਿਕਚਰਸ ਜੋ ਵੀ ਕੈਪਚਰ ਕਰਦੇ ਹੋ ਉਹ ਜ਼ਰੂਰ ਲਗਾਓ, ਬਿਫੋਰ ਮੈਰਿਜ ਆਫਟਰ ਮੈਰਿਜ ਤੁਸੀਂ ਕਿਤੇ ਵੀ ਜਾਂਦੇ ਹੋ ਫੋਟੋ ਜ਼ਰੂਰ ਲਓ, ਸਾਰੀਆਂ ਫੋਟੋਜ਼ ਆਪਣੀਆਂ ਲਗਾਓ, ਉਹੀ ਸਭ ਤੋਂ ਵੱਡਾ ਪ੍ਰੂਫ ਹੈ। ਸਪਾਊਸ ਓਪਨ ਪਰਮਿਟ ਤਾਂ ਆਪਣੇ ਮੈਰਿਜ ਪ੍ਰੂਫ ਤੇ ਹੀ ਬੇਸ ਹੁੰਦਾ, ਅਗਰ ਤੁਸੀਂ ਉਹਨਾਂ ਨੂੰ ਪ੍ਰੂਫ ਕਰ ਦਿੰਦੇ ਹੋ ਸਾਡੀ ਮੈਰਿਜ ਜੈਨੂਇਨ ਆ ਤਾਂ ਉਹ ਕਦੇ ਵੀ ਡਿਨਾਈ ਨਹੀਂ ਕਰਨਗੇ ਕਿਸੇ ਨੂੰ। ਡਜ਼ਨ ਮੀਨ ਤੁਸੀਂ 15,000 ਕਮਾ ਰਹੇ ਹੋ ਇੰਡੀਆ 'ਚ, 20,000 ਕਮਾ ਰਹੇ ਹੋ, ਹਾਂ ਠੀਕ ਹੈ ਥੋੜੇ ਬਹੁਤ ਉਹਨਾਂ ਨੇ ਫੰਡਸ ਦੇਖਣੇ ਆ। ਈਵਨ ਤੁਸੀਂ ਯੂ ਕਾਂਟ ਬਲੀਵ ਮੇਰੇ ਫਰੈਂਡ ਸਰਕਲ ਵਿੱਚ ਇਦਾਂ ਦੇ ਲੋਕ ਵੀ ਹੈਗੇ ਜਿਨ੍ਹਾਂ ਨੇ 2.5 ਲੱਖ ਰੁਪਏ 'ਚ ਵੀ ਵੀਜ਼ਾ ਲਿਆ ਹੋਇਆ, 2.5 ਲੱਖ ਰੁਪਏ ਉਹਨਾਂ ਦੇ ਫੰਡ ਸੀਗਾ ਤੇ ਉਹਨਾਂ ਨੂੰ ਵੀਜ਼ਾ ਮਿਲ ਗਿਆ। ਦਾ ਰੀਜ਼ਨ ਉਹ ਸਿਰਫ ਇਹ ਦੇਖਦੇ ਤੁਹਾਡਾ ਰਿਲੇਸ਼ਨ ਜੈਨੂਅਨ ਹੈ ਕਿ ਨਹੀਂ, ਚਾਹੇ ਤੁਸੀਂ 50 ਲੱਖ ਰੁਪਏ ਪਾ ਦਿਓ ਬਟ ਤੁਹਾਡਾ ਜੇ ਰਿਲੇਸ਼ਨ ਫੇਕ ਉਹਨਾਂ ਨੂੰ ਲੱਗ ਗਿਆ ਨਾ 1% ਵੀ ਤੇ ਉਹਨਾਂ ਨੇ ਰਿਜੈਕਟ ਕਰ ਦੇਣਾ। ਬਾਕੀ ਤੁਸੀਂ ਫਾਈਲ ਇਹੀ ਆ, ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਕਿ ਤੁਸੀਂ ਲਾਈਕ ਕਿਸੇ ਵੀ ਏਜੰਟ ਤੋਂ ਲਵਾ ਲਓ, IRCC ਮੈਂਬਰ ਤੋਂ ਜ਼ਰੂਰ ਲਵਾਓ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਮਤਲਬ ਜਿੰਨਾ ਵੀ ਮੇਰਾ ਫਰੈਂਡ ਸਰਕਲ ਹੈਗਾ ਤੁਹਾਡਾ ਮਤਲਬ ਜਿਹੜਾ ਰਿਜ਼ਲਟ ਹੋਊਗਾ ਉਹ ਪੋਜ਼ਿਟਿਵ ਹੀ ਹੋਊਗਾ। ਬਾਕੀ ਜੋ ਵੀ ਡਾਕੂਮੈਂਟਸ ਦੀ ਲਿਸਟ ਹੈ ਉਹ ਆਪਾਂ ਡਿਸਕ੍ਰਿਪਸ਼ਨ 'ਚ ਸ਼ੇਅਰ ਕਰ ਦੇਵਾਂਗੇ, ਆਪਣਾ ਇੰਸਟਾਗ੍ਰਾਮ ਦਾ ਉਹ ਵੀ ਪਾ ਦੇਵਾਂਗੇ ਅਸੀਂ ਨਾ, ਲਿੰਕ ਵੀ ਪਾ ਦੇਵਾਂਗੇ। ਕੋਈ ਕੁਐਸਚਨ ਪੁੱਛਣਾ ਯੂ ਕੈਨ ਆਸਕ, ਕਿੱਥੋਂ ਫਾਈਲ ਲਗਵਾਉਣੀ ਆ, ਆਈ ਵਿਲ ਟੈਲ ਯੂ, ਲਾਈਕ ਆਈ ਹੈਵ ਅ ਲਿਸਟ, ਆਈ ਵਿਲ ਟੈਲ ਯੂ ਜਿਹੜੀ ਤੁਹਾਡੇ ਲਾਗੇ ਤੁਸੀਂ ਲਵਾ ਸਕਦੇ ਹੋ। ਅਤੇ ਬਾਕੀ ਯਾਰ ਕੋਈ ਵੀ ਕੈਨੇਡਾ ਦੀ ਇਨਫੋਰਮੇਸ਼ਨ ਲੈਣੀ ਹੈ ਯੂ ਕੈਨ ਆਸਕ, ਅਤੇ ਚੈਨਲ 'ਤੇ ਨਏ ਆਏ ਹੋ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਸ਼ੇਅਰ ਕਰਿਓ ਜਿਹੜਾ ਵਧੀਆ ਲੱਗਿਆ।